ਪ੍ਰਸਿੱਧ ਕਹਾਣੀਕਾਰ ਸਰਦਾਰ ਗੁਰਬਚਨ ਸਿੰਘ ਭੁੱਲਰ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ। ਹਰ ਮੁਟਿਆਰ ਸੁਨੀਤਾ ਹੈ। ਉਸ ਦਿਨ ਮੈਂ ਅੰਗਰੇਜ਼ੀ ਦੀ ਕੋਈ ਲਿਖਤ ਟਾਈਪ ਕਰਵਾਉਣੀ ਸੀ, ਇਸ ਲਈ ਆਪਣੇ ਦੋਸਤ ਸ਼ਰਮਾ ਦੇ ਦਫ਼ਤਰ ਚਲਿਆ ਗਿਆ ਸਾਂ। ਚਾਹ ਦੀ ਪਿਆਲੀ ਪੀਣ ਪਿੱਛੋਂ ਸ਼ਰਮਾ ਘੰਟੀ ਦੇ ਬਟਨ ਉੱਤੇ ਹੱਥ ਰੱਖਣ ਲੱਗਿਆ ਸੀ ਕਿ ਦਰਵਾਜ਼ਾ ਖੁੱਲ੍ਹਿਆ। ਇੱਕ ਨੌਜਵਾਨ ਟਾਈਪ ਕੀਤੇ ਹੋਏ ਕੁਝ ਕਾਗਜ਼ ਲੈ ਕੇ ਅੰਦਰ ਆਇਆ। ਰੰਗਾਨਾਥਨ, ਮੈਂ ਤੁਮੇ ਹੀ ਬੁਲਾਉਣੇ ਲਗਾ ਥਾ, ਸ਼ਰਮਾ ਬੋਲਿਆ। ਰੰਗਾਨਾਥਨ ਕਾਫ਼ੀ ਪੱਕੇ ਰੰਗ ਦਾ ਲੰਮਾ ਚੌੜਾ ਗੱਭਰੂ ਸੀ, ਜ਼ਰਾ ਮੋਟੇ ਬੁੱਲ, ਪਰ ਸਧਾਰਨ ਤੋਂ ਕੁਝ ਕੁ ਵੱਡੇ ਚਿੱਟੇ ਦੰਦਾਂ ਨੂੰ ਕੱਜ ਕੇ ਰੱਖਣ ਤੋਂ ਅਸਮਰੱਥ। ਉਹ ਬੋਲਿਆ ਕੁਝ ਨਾ, ਸ਼ਾਇਦ ਉਹ ਸਮਝਦਾ ਸੀ ਕਿ ਬੁਲਾਉਣ ਦਾ ਭਾਵ ਨਵਾਂ ਕੁਝ ਟਾਈਪ ਕਰਨ ਲਈ ਦੇਣਾ ਹੀ ਹੋਵੇਗਾ। ਉਹਨੇ ਹੱਥ ਵਿਚਲੇ ਕਾਗਜ਼ ਮੇਜ਼ ਉੱਤੇ ਰੱਖ ਦਿੱਤੇ ਅਤੇ ਹੋਰ ਕਾਗਜ਼ ਫੜਨ ਲਈ ਆਪਣਾ ਹੱਥ ਅੱਗੇ ਵਧਾ ਦਿੱਤਾ। ਦਰਵਾਜ਼ਾ ਖੋਲ੍ਹ ਕੇ ਉਹ ਬਾਹਰ ਜਾਣ ਲੱਗਾ ਤਾਂ ਸ਼ਰਮਾ ਨੇ ਫੇਰ ਆਵਾਜ਼ ਦੇ ਦਿੱਤੀ, ਮਿਸਟਰ ਰੰਗਾਨਾਥਨ, ਅਰੇ ਮੈਂ ਤੋ ਭੂਲ ਹੀ ਗਿਆ, ਤੁਹਾਰੇ ਕਾਮ ਕੀ ਬਾਤ ਥੀ, ਇੱਧਰ ਆ, ਤੁਝੇ ਮਿਲਾਊਂ। ਸ਼ਰਮਾ ਨੇ ਮੇਰੇ ਵੱਲ ਹੱਥ ਕੀਤਾ ਅਤੇ ਰੰਗਾਨਾਥਨ ਦਰਵਾਜ਼ਾ ਛੱਡ ਕੇ ਮੇਰੇ ਕੋਲ ਆ ਕੇ ਗੁੱਡ ਨੂਨ ਕਹਿ ਕੇ ਖੜ੍ਹਾ ਹੋ ਗਿਆ। ਸ਼ਰਮਾ ਨੇ ਦੱਸਿਆ ਕਿ ਰੰਗਾਨਾਥਨ ਕਿਸੇ ਟਾਈਪਿਸਟ ਦੇ ਲੰਮੀ ਛੁੱਟੀ ਚਲੇ ਜਾਣ ਕਾਰਨ ਰੱਖਿਆ ਗਿਆ ਹੈ ਅਤੇ ਬੜਾ ਸਾਊ ਅਤੇ ਮਿਹਨਤੀ ਨੌਜਵਾਨ ਹੈ। ਫਿਰ ਉਹਨੇ ਰੰਗਾਨਾਥਨ ਵੱਲ ਮੂੰਹ ਕਰਕੇ ਕਿਹਾ, ਰੰਗਾਨਾਥਨ ਜੇ ਹਮਾਰੇ ਦੋਸਤ ਹੈ ਮਿਸਟਰ ਸਿੰਘ, ਬਹੁਤ ਅੱਛਾ ਲਿਖਤੇ ਹੈ, ਇਨਕੀ ਏਕ ਕਹਾਣੀ ਕੀ ਫਿਲਮ ਵੀ ਬਣ ਰਹੀ ਹੈ, ਸਪਨਾ ਔਰ ਹਕੀਕਤ, ਔਰ ਉਸਕੀ ਹੀਰੋਇਨ ਮਿਸ ਸੁਨੀਤਾ ਹੈ, ਜੇ ਉਸਕੇ ਬਹੁਤ ਅੱਛੇ ਦੋਸਤ ਹੈ। ਰੰਗਾਨਾਥਨ ਦੀਆਂ ਬੜਾਛਾਂ ਖਿੜ ਗਈਆਂ। ਸਾਬ ਸੱਚ, ਮੇਰੇ ਕੁਝ ਸਮਝ ਨਹੀਂ ਸੀ ਪੈ ਰਿਹਾ, ਕਿੱਧਰ ਮੈਂ, ਕਿੱਧਰ ਫਿਲਮੀ ਕਹਾਣੀਆਂ ਅਤੇ ਕਿੱਧਰ ਮਿਸ ਸੁਨੀਤਾ। ਹਾਂ, ਸ਼ਰਮਾ ਨੇ ਕਿਹਾ, ਜਾਓ ਆਪਣੀ ਫਾਈਲ ਲਾ ਕੇ ਇਨਸੇ ਸਾਰੀ ਬਾਤ ਕਰੋ, ਸ਼ਾਇਦ ਤੁਹਾਰੀ ਕਿਸਮਤ ਕੀ ਹੀ ਬਾਤ ਹੈ ਕਿ ਆਜ ਜੇ ਯਹਾਂ ਆਏ ਹੈ। ਰੰਗਾਨਾਥਨ ਆਪਣੀ ਫਾਈਲ ਲੈਣ ਚਲਿਆ ਗਿਆ ਅਤੇ ਮਿਸਟਰ ਸ਼ਰਮਾ ਨੇ ਮੇਰੀਆਂ ਸਵਾਲੀ ਨਜ਼ਰਾਂ ਤਾੜ ਕੇ ਮੁਸਕਰਾਉਂਦਿਆਂ ਹੋਇਆਂ ਮੈਨੂੰ ਦੱਸਿਆ ਕਿ ਉਹ ਫਿਲਮ ਸਟਾਰ ਮਿਸ ਸੁਨੀਤਾ ਦਾ ਬੁਰੀ ਤਰ੍ਹਾਂ ਆਸ਼ਿਕ ਹੈ ਅਤੇ ਬੜਾ ਦਿਲਚਸਪ ਬੰਦਾ ਹੈ। ਰੰਗਾਨਾਥਨ ਗੁਲਾਬੀ ਰੰਗ ਦੀ ਫਾਈਲ ਲੈ ਕੇ ਆ ਗਿਆ ਅਤੇ ਮੇਰੇ ਕਹਿਣ ਉੱਤੇ ਝਿਜਕਦਾ ਝਿਜਕਦਾ ਕੁਰਸੀ ਲੈ ਕੇ ਮੇਰੇ ਕੋਲ ਉਹ ਬੈਠ ਗਿਆ। ਸ਼ਰਮਾ ਦੇ ਫੋਨ ਦੀ ਘੰਟੀ ਖੜਕੀ ਅਤੇ ਉਹ ਕੁਝ ਕਾਗਜ਼ ਚੁੱਕ ਕੇ ਕਿਸੇ ਕੰਮ ਉੱਪਰਲੇ ਫਲੋਰ ਉੱਤੇ ਚਲਾ ਗਿਆ। ਸ਼ਰਮਾ ਦੇ ਜਾਂਦਿਆਂ ਹੀ ਰੰਗਾਨਾਥਨ ਦੀ ਝਿਜਕ ਜਿਹੀ ਲੈ ਗਈ। ਸਾਹਿਬ, ਬਾਤ ਐਸੀ ਹੈ, ਰੰਗਾਨਾਥਨ ਕੁਝ ਕਹਿਣਾ ਚਾਹੁੰਦਾ ਸੀ। ਪਹਿਲੇ ਮੁਝੇ ਫਾਈਲ ਦੇ ਦਿਓ, ਮੈਂ ਉਹਦੇ ਹੱਥੋਂ ਫਾਈਲ ਫੜ ਕੇ ਕਾਗਜ਼ ਫਰੋਲਣ ਲੱਗਾ। ਪਹਿਲਾ ਕਾਗਜ਼ ਰੰਗਾਨਾਥਨ ਵੱਲੋਂ ਮਿਸ ਸੁਨੀਤਾ ਨੂੰ ਲਿਖੀ ਹੋਈ ਇੱਕ ਚਿੱਠੀ ਦੀ ਨਕਲ ਸੀ। ਇਹ ਉਹਨੇ ਫਿਲਮ ਦਰਦ ਕੇ ਫੂਲ ਵੇਖ ਕੇ ਲਿਖੀ ਸੀ। ਫਿਲਮ ਦੇਖ ਕੇ ਉਹ ਬੜਾ ਪ੍ਰਭਾਵਿਤ ਹੋਇਆ ਲੱਗਦਾ ਸੀ। ਮੈਂ ਕਾਗਜ਼ ਪਰਤਣ ਲੱਗਾ ਤਾਂ ਉਹਨੇ ਮੈਨੂੰ ਪੁੱਛਿਆ ਕਿ ਮੈਂ ਇਹ ਫਿਲਮ ਵੇਖੀ ਸੀ ਜਾਂ ਨਹੀਂ। ਮੈਂ ਉਹਨੂੰ ਦੱਸਿਆ ਕਿ ਇਸ ਫਿਲਮ ਦੀ ਤਾਰੀਫ ਤਾਂ ਮੈਂ ਵੀ ਬੜੀ ਸੁਣੀ ਸੀ ਪਰ ਵੇਖਣ ਦਾ ਮੌਕਾ ਨਹੀਂ ਮਿਲਿਆ। ਰੰਗਾਨਾਥਨ ਨੇ ਸਿਰ ਮਾਰਿਆ, ਸਾਹਿਬ ਸ਼ਾਇਦ ਕਿਸੀ ਥੀਏਟਰ ਮੇਂ ਮੋਰਨਿੰਗ ਸ਼ੋਅ ਮੇਂ ਲਗੇ, ਜ਼ਰੂਰ ਦੇਖਣਾ। ਸਾਹਿਬ, ਮਿਸ ਸੁਨੀਤਾ ਕਾ ਕਾਮ ਕਿਆ ਬਾਤ ਹੈ। ਉਹ ਇੱਕ ਪਲ ਚੁੱਪ ਕਰ ਗਿਆ, ਜਿਵੇਂ ਉਹਨੂੰ ਆਪਣਾ ਅਹਿਸਾਸ ਪ੍ਰਗਟ ਕਰਨ ਲਈ ਕੋਈ ਢੁੱਕਵਾਂ ਸ਼ਬਦ ਨਾ ਮਿਲਦਾ ਹੋਵੇ, ਅਤੇ ਫਿਰ ਸੱਜਾ ਹੱਥ ਹਵਾ ਵਿੱਚ ਲਹਿਰਾ ਕੇ ਅੱਖਾਂ ਅੱਧੀਆਂ ਮੀਟਦਿਆਂ ਹੋਇਆਂ ਨਸ਼ਈ ਜਿਹਾ ਹੋ ਕੇ ਉਹ ਬੋਲਿਆ, ਸਾਹਿਬ ਬਿਊਟੀਫੁੱਲ। ਅੱਗੇ ਇੱਕ ਸਫੈਦ ਕਾਗਜ਼ ਲਾ ਕੇ ਇਸ ਚਿੱਠੀ ਦੀ ਰਜਿਸਟਰੀ ਦੀ ਡਾਕਖਾਨੇ ਵੱਲੋਂ ਦਿੱਤੀ ਗਈ ਰਸੀਦ ਚੇਪੀ ਹੋਈ ਸੀ ਅਤੇ ਉਸਦੇ ਹੇਠਾਂ ਮਿਸ ਸੁਨੀਤਾ ਦੀ ਇਕਨੋਲਜਮੈਂਟ, ਉਹਦੇ ਸੈਕਟਰੀ ਦੇ ਦਸਖਤ ਸਨ ਸ਼ਾਇਦ ਉਸ ਉੱਤੇ। ਮੈਂ ਉਹਦੀ ਚਿੱਠੀ ਦੇ ਜਵਾਬ ਬਾਰੇ ਪੁੱਛਿਆ। ਰੰਗਾਨਾਥਨ ਦਾ ਕਹਿਣਾ ਸੀ ਕਿ ਇੱਕ ਤਾਂ ਅਜਿਹੀਆਂ ਪ੍ਰਸ਼ੰਸਾ ਵਾਲੀਆਂ ਚਿੱਠੀਆਂ ਸੈਂਕੜਿਆਂ ਦੀ ਗਿਣਤੀ ਵਿੱਚ ਜਾਂਦੀਆਂ ਹੋਣਗੀਆਂ ਅਤੇ ਇਹਨਾਂ ਵਿੱਚ ਜਵਾਬ ਦੇਣ ਵਾਲੀ ਗੱਲ ਵੀ ਕਿਹੜੀ ਹੁੰਦੀ ਹੈ।
ਤੇ ਨਾਲੇ ਸਭ ਸੁਣਾ ਹੈ ਮਿਸ ਸੁਨੀਤਾ ਕੋ ਬਹੁਤ ਅੱਛਾ ਐਕਟਰਸ ਹੋਣੇ ਕੀ ਵਜ੍ਹਾ ਸੇ ਫੁਰਸਤ ਬਿਲਕੁਲ ਨਹੀਂ ਮਿਲਤਾ। ਅੱਗੇ ਕੁਝ ਇਹੋ ਜਿਹੀਆਂ ਚਿੱਠੀਆਂ, ਡਾਕਖਾਨੇ ਦੀਆਂ ਰਸੀਦਾਂ ਅਤੇ ਇਕਨੋਲਜਮੈਂਟਾਂ ਸਨ। ਜਵਾਬ ਕਿਸੇ ਦਾ ਨਹੀਂ ਸੀ ਆਇਆ ਹੋਇਆ। ਅੰਤ ਉੱਤੇ ਲੱਗੀ ਚਿੱਠੀ ਵਿੱਚ ਰੰਗਾਨਾਥਨ ਨੇ ਮਿਸ ਸੁਨੀਤਾ ਨੂੰ ਵਿਆਹ ਦੀ ਤਜਵੀਜ਼ ਦਿੱਤੀ ਹੋਈ ਸੀ। ਲਿਖਿਆ ਸੀ ਕਿ ਉਹ ਬਹੁਤ ਅਮੀਰ ਜਾਂ ਸੁੰਦਰ ਤਾਂ ਨਹੀਂ ਹੈ, ਪਰ ਮਿਸ ਸੁਨੀਤਾ ਵਰਗੀ ਕੁੜੀ ਲਈ ਪਤੀ ਯਕੀਨਨ ਬਹੁਤ ਚੰਗਾ ਬਣ ਸਕਦਾ ਹੈ। ਉਹਨੇ ਇਹ ਵੀ ਲਿਖਿਆ ਹੋਇਆ ਸੀ ਕਿ ਉਹ ਉਹਦੇ ਗਲੈਮਰ ਨੂੰ ਪਿਆਰ ਨਹੀਂ ਕਰਦਾ, ਸਗੋਂ ਉਹਦੀ ਕਲਾ ਦਾ ਪ੍ਰੇਮੀ ਹੈ। ਉੱਤੋਂ ਅਗਲੇ ਸਫੈਦ ਕਾਗਜ਼ ਉੱਤੇ ਕਾਇਦੇ ਅਨੁਸਾਰ ਡਾਕਖਾਨੇ ਦੀ ਰਸੀਦ ਅਤੇ ਮਿਸ ਸੁਨੀਤਾ ਦੀ ਇਕਨੋਲਜਮੈਂਟ ਚੇਪੀਆਂ ਹੋਈਆਂ ਸਨ ਅਤੇ ਬਸ। ਅਤੇ ਹੁਣ ਰੰਗਾਨਾਥਨ ਇਸ ਚਿੱਠੀ ਦੇ ਜਵਾਬ ਦੀ ਉਡੀਕ ਵਿੱਚ ਸੀ। ਉਹਨੂੰ ਭਰੋਸਾ ਸੀ ਕਿ ਇਹਦਾ ਜਵਾਬ ਜ਼ਰੂਰ ਆਵੇਗਾ। ਇਹ ਚਿੱਠੀ ਪਹਿਲੀਆਂ ਵਾਂਗ ਉਹਦੀਆਂ ਫਿਲਮਾਂ ਬਾਰੇ ਨਹੀਂ ਸੀ, ਸਗੋਂ ਉਹਦੇ ਨਿੱਜੀ ਜੀਵਨ ਬਾਰੇ ਸੀ। ਅਤੇ ਨਾਲੇ ਆਖਰ ਮਿਸ ਸੁਨੀਤਾ ਵੀ ਤਾਂ ਮਟਿਆਰ ਸੀ। ਇੱਧਰ ਇਕੱਲਾ ਰੰਗਾਨਾਥਨ ਹੀ ਨਹੀਂ, ਉਹ ਵੀ ਤਾਂ ਆਪਣੀ ਛਾਤੀ ਬਾਰੇ ਸੋਚ ਰਹੀ ਹੋਵੇਗੀ। ਸ਼ਰਮਾ ਵਾਪਸ ਆਇਆ ਅਤੇ ਬੋਲਿਆ, ਕਿਉਂ ਮਿਸਟਰ ਸਿੰਘ, ਦੇਖ ਲਈ ਸਾਰੀ ਫਾਈਲ? ਮੇਰਾ ਦਿਲ ਕੀਤਾ ਰੰਗਾਨਾਥਨ ਨੂੰ ਕਹਾਂ ਕਿ ਉਹ ਕਿਹੜੀ ਔਜੜ ਵਿੱਚ ਪੈ ਗਿਆ ਸੀ, ਪਰ ਉਹਦੇ ਮੂੰਹ ਵੱਲ ਵੇਖ ਕੇ ਮੇਰਾ ਇਹ ਆਖਣ ਨੂੰ ਦਿਲ ਨਾ ਕੀਤਾ ਅਤੇ ਜ਼ਰੂਰ ਜੋ ਹੋਗਾ ਜ਼ਰੂਰ ਕਰੂੰਗਾ ਆਖ ਕੇ ਮੈਂ ਦੋਵਾਂ ਨਾਲ ਹੱਥ ਮਿਲਾਇਆ ਅਤੇ ਤੁਰ ਆਇਆ। ਦੋ ਤਿੰਨ ਦਿਨਾਂ ਪਿੱਛੋਂ ਟਾਈਪ ਕੀਤੇ ਕਾਗਜ਼ ਦੇਣ ਲਈ ਰੰਗਾਨਾਥਨ ਮੇਰੇ ਦਫ਼ਤਰ ਆਇਆ। ਸਾਹਿਬ, ਅਬ ਆਪ ਬੰਬਈ ਕਬ ਜਾਏਂਗੇ? ਕਾਗਜ਼ਾਂ ਦਾ ਲਿਫਾਫਾ ਮੇਰੇ ਸਾਹਮਣੇ ਰੱਖ ਕੇ ਉਹਨੇ ਮੈਨੂੰ ਸਵਾਲ ਕੀਤਾ। ਜਦੋਂ ਜਾਵਾਂਗਾ ਉਹਨੂੰ ਦੱਸ ਕੇ ਜਾਵਾਂਗਾ, ਮੈਂ ਉਹਨੂੰ ਯਕੀਨ ਕਰਵਾਇਆ ਅਤੇ ਗੱਲ ਪਾਸੇ ਪਾਉਣ ਲਈ ਮੈਂ ਉਹਨੂੰ ਪੁੱਛਿਆ, ਰੰਗਾਨਾਥਨ, ਜਿਸ ਲੜਕੀ ਨੇ ਰਿਸੈਪਸ਼ਨ ਸੇ ਤੁਮੇ ਮੇਰੇ ਪਾਸ ਭੇਜਾ ਹੈ ਉਸੇ ਧਿਆਨ ਸੇ ਦੇਖਾ? ਸਾਊਥ ਇੰਡੀਅਨ ਹੈ ਵੋ ਵੀ? ਦੇਖਾ ਸਾਹਿਬ, ਕੋਈ ਖਾਸ ਬਾਤ ਨਹੀਂ, ਆਮ ਲੜਕੀਓਂ ਜੈਸੀ ਲੜਕੀ ਹੈ, ਉਹ ਪਟਾਕ ਬੋਲਿਆ। ਬਸ ਰੰਗਾਨਾਥਨ, ਮੈਂ ਹੱਸਿਆ, ਧੋਖਾ ਖਾ ਗਿਆ ਨਾ, ਵੋ ਆਮ ਨਹੀਂ ਖਾਸ ਲੜਕੀ ਹੈ, ਬਹੁਤ ਸੁੰਦਰ, ਸ਼ਰੀਫ, ਸਮਝਦਾਰ ਔਰ ਸਭਸੇ ਬੜੀ ਬਾਤ ਸੁਨੀਤਾ ਸੇ ਮਿਲਤੀ ਸ਼ਕਲ। ਬਈ ਸੁਨੀਤਾ ਕੀ ਤੋ ਕਹਿ ਨਹੀਂ ਸਕਤਾ, ਇਸੇ ਕਹੋ ਤੋ ਸ਼ਾਦੀ ਕਰਵਾ ਦੂੰ? ਮੈਂ ਉਂਝ ਹੀ ਕਹਿ ਦਿੱਤਾ, ਸੁਨੀਤਾ ਨਾਲ ਤਾਂ ਸਾਡੀ ਰਿਸੈਪਸ਼ਨਿਸਟ ਦਾ ਕੁਝ ਵੀ ਮਿਲਦਾ ਜੁਲਦਾ ਨਹੀਂ ਸੀ। ਰੰਗਾਨਾਥਨ ਜਾਣ ਲਈ ਖੜ੍ਹਾ ਹੋਇਆ। ਸਾਹਿਬ, ਕਹਾਂ ਸੁਨੀਤਾ, ਕਹਾਂ ਜੇ ਲੜਕੀ, ਬੰਬਈ ਜਾਏ ਤੋ ਮੁਝੇ ਬਤਾਨਾ। ਕੁਝ ਚਿਰ ਪਿੱਛੋਂ ਮੈਨੂੰ ਪਤਾ ਲੱਗਾ ਕਿ ਰੰਗਾਨਾਥਨ ਸ਼ਰਮਾ ਕੋਲੋਂ ਚਲਿਆ ਗਿਆ ਸੀ, ਉਹਨੂੰ ਕਿਤੇ ਪੱਕੀ ਨੌਕਰੀ ਮਿਲ ਗਈ ਹੋਈ ਸੀ। ਫਿਰ ਇੱਕ ਦਿਨ ਅਚਾਨਕ ਰੰਗਾਨਾਥਨ ਮੈਨੂੰ ਪਲਾਜ਼ਾ ਥੀਏਟਰ ਅੱਗੇ ਮਿਲ ਪਿਆ। ਮਿਸ ਸੁਨੀਤਾ ਦੀ ਫਿਲਮ ਸੀ ਅਤੇ ਪਹਿਲਾ ਦਿਨ। ਮੈਂ ਦੋ ਟਿਕਟਾਂ ਐਡਵਾਂਸ ਵਿੱਚ ਲਈਆਂ ਹੋਈਆਂ ਸਨ, ਪਰ ਕੋਈ ਹੋਰ ਕੰਮ ਹੋ ਜਾਣ ਕਰਕੇ ਮੋੜਨ ਆਇਆ ਸਾਂ। ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਰੰਗਾਨਾਥਨ ਦਾ ਕੋਈ ਦੋਸਤ ਲਾਈਨ ਵਿੱਚ ਕਿਤੇ ਪਿੱਛੇ ਕਰਕੇ ਖੜ੍ਹਾ ਸੀ। ਉਹਨੂੰ ਡਰ ਸੀ ਕਿ ਸੀਟਾਂ ਦੀ ਗਿਣਤੀ ਦੇ ਹਿਸਾਬ ਖਿੜਕੀ ਅੱਗੇ ਹਾਊਸਫੁੱਲ ਲਟਕਿਆ ਕਿ ਲਟਕਿਆ। ਮੈਂ ਦੋਵੇਂ ਟਿਕਟਾਂ ਰੰਗਾਨਾਥਨ ਦੀ ਮੁੱਠੀ ਵਿੱਚ ਦੇ ਕੇ ਮਿਸ ਸੁਨੀਤਾ ਦੀ ਚਿੱਠੀ ਬਾਰੇ ਪੁੱਛਿਆ। ਉਹਨੂੰ ਜਵਾਬ ਦੀ ਉਡੀਕ ਅਜੇ ਵੀ ਸੀ, ਪਰ ਉਹ ਕੁਝ ਕੁਝ ਨਿਰਾਸ਼ ਹੋ ਗਿਆ ਲੱਗਦਾ ਸੀ। ਉਹਨੂੰ ਸ਼ੱਕ ਸੀ ਕਿ ਜਾਂ ਤਾਂ ਉਹਦਾ ਸਕੱਤਰ ਚਿੱਠੀ ਪੜ੍ਹ ਕੇ ਪਾੜ ਦਿੰਦਾ ਹੈ ਅਤੇ ਜਾਂ ਸੁਨੀਤਾ ਕਿਸੇ ਹੋਰ ਦੇ ਇਸ਼ਕ ਵਿੱਚ ਫਸੀ ਹੋਈ ਹੋਵੇਗੀ। ਪਰ ਅੰਤਲੀ ਗੱਲ ਨੂੰ ਆਪ ਹੀ ਕੱਟਦਿਆਂ ਹੋਇਆਂ ਉਹ ਬੋਲਿਆ, ਸਾਹਿਬ, ਮਿਸ ਸੁਨੀਤਾ ਹੈ ਤੋ ਫਿਲਮੀ ਦੁਨੀਆ ਕੀ ਹੀ, ਮਗਰ ਐਸਾ ਲੱਗਤਾ ਨਹੀਂ। ਰੰਗਾਨਾਥਨ ਆਪਣੇ ਦੋਸਤ ਨੂੰ ਲਾਈਨ ਵਿੱਚੋਂ ਬੁਲਾ ਕੇ ਮੈਨੂੰ ਪੈਸੇ ਦੇਣੇ ਚਾਹੁੰਦਾ ਸੀ, ਪਰ ਮੈਂ ਆਪਣੇ ਹੱਥਾਂ ਨਾਲ ਉਹਦੇ ਦੋਵੇਂ ਡੌਲੇ ਘੁੱਟ ਕੇ ਮੁਸਕਰਾ ਕੇ ਉੱਥੋਂ ਆ ਗਿਆ। ਇੱਕ ਦਿਨ ਫਿਰ ਰੰਗਾਨਾਥਨ ਮੇਰੇ ਦਫ਼ਤਰ ਆਇਆ। ਮਿਸ ਸੁਨੀਤਾ ਆਪਣੀ ਇੱਕ ਫਿਲਮ ਦੇ ਪ੍ਰੀਮੀਅਰ ਲਈ ਦਿੱਲੀ ਆ ਰਹੀ ਸੀ। ਮੈਂ ਉਹਨੂੰ ਮਿਲਾਉਣ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕਰਕੇ ਕਿਹਾ, ਰੰਗਾਨਾਥਨ, ਮਗਰ ਤੁਮਨੇ ਹਮਾਰੀ ਰਿਸੈਪਸ਼ਨਿਸਟ ਕਾ ਕੁਛ ਬਤਾਇਆ ਹੀ ਨਹੀਂ। ਰੰਗਾਨਾਥਨ ਦਾ ਜਵਾਬ ਸੁਣ ਕੇ ਮੈਨੂੰ ਹੈਰਾਨੀ ਹੋਈ।
ਉਹਨੂੰ ਟੈਲੀਫੋਨ ਕਰ ਰਹੀ ਕਿਸੇ ਗੱਲ ਉੱਤੇ ਮੁਸਕਰਾਉਂਦੀ ਉਹ ਕੁੜੀ ਕੁਝ ਕੁਝ ਸੁਨੀਤਾ ਵਰਗੀ ਲੱਗੀ ਸੀ। ਪਰ ਫਿਰ ਵੀ ਉਹ ਪ੍ਰੀਮੀਅਰ ਵਾਲੇ ਦਿਨ ਸੁਨੀਤਾ ਨੂੰ ਹੀ ਮਿਲੇਗਾ। ਪ੍ਰੀਮੀਅਰ ਵਾਲੇ ਦਿਨ ਸੁਨੀਤਾ ਆਈ ਹੋਵੇਗੀ। ਰੰਗਾਨਾਥਨ ਸ਼ਾਇਦ ਭੀੜ ਵਿੱਚੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਰਿਹਾ ਹੋਵੇਗਾ। ਮੈਂ ਉੱਥੇ ਜਾ ਕੇ ਕੀ ਕਰਨਾ ਸੀ? ਇਸ ਪਿੱਛੋਂ ਰੰਗਾਨਾਥਨ ਕਿੰਨਾ ਹੀ ਚਿਰ ਮੈਨੂੰ ਨਾ ਮਿਲਿਆ। ਸ਼ਾਇਦ ਉਹ ਪ੍ਰੀਮੀਅਰ ਵਾਲੇ ਦਿਨ ਮੇਰੇ ਨਾ ਜਾਣ ਕਾਰਨ ਮਨ ਖੱਟਾ ਕਰ ਬੈਠਾ ਸੀ। ਅਤੇ ਅਚਾਨਕ ਉਹ ਇੱਕ ਦਿਨ ਫੇਰ ਮੈਨੂੰ ਗੋਲਚਾ ਦੇ ਬਾਹਰ ਖਲੋਤਾ ਦਿਸਿਆ। ਫਿਲਮ ਇਤਫਾਕਨ ਮਿਸ ਸੁਨੀਤਾ ਦੀ ਹੀ ਸੀ। ਮੈਂ ਦਫ਼ਤਰੋਂ ਸਿੱਧਾ ਆ ਗਿਆ ਸੀ ਅਤੇ ਮੇਰੀ ਪਤਨੀ ਨੇ ਘਰੋਂ ਆਉਣਾ ਸੀ। ਮੈਂ ਉਹਦੀ ਉਡੀਕ ਕਰ ਰਿਹਾ ਸਾਂ। ਰੰਗਾਨਾਥਨ ਵੀ ਕਿਸੇ ਦੀ ਉਡੀਕ ਵਿੱਚ ਲੱਗਦਾ ਸੀ। ਮੈਂ ਕੋਲ ਜਾ ਕੇ ਪਿਆਰ ਨਾਲ ਉਹਦੇ ਦੋਵੇਂ ਮੋਢੇ ਫੜ ਕੇ ਕਿਹਾ, ਹੈਲੋ ਰੰਗਾਨਾਥਨ। ਉਹ ਬੜਾ ਉੱਡ ਕੇ ਮਿਲਿਆ। ਉਹਦਾ ਵਿਆਹ ਹੋ ਚੁੱਕਾ ਸੀ। ਉਹ ਵੀ ਮੇਰੇ ਵਾਂਗ ਦਫ਼ਤਰੋਂ ਸਿੱਧਾ ਆ ਗਿਆ ਸੀ ਅਤੇ ਆਪਣੀ ਪਤਨੀ ਦੀ ਉਡੀਕ ਕਰ ਰਿਹਾ ਸੀ। ਰੰਗਾਨਾਥਨ, ਸ਼ਾਇਦ ਹਮ ਕੁਛ ਪਹਿਲੇ ਹੀ ਆ ਗਏ ਹੈ। ਆਓ ਉਨ ਲੋਗੋਂ ਕੇ ਆਨੇ ਤੱਕ ਕਹੀਂ ਚਾਏ ਪੀ ਲੇ ਔਰ ਬਾਤੇ ਕਰੇ। ਮੈਂ ਉਹਨੂੰ ਮੁਬਾਰਕ ਦੇਣ ਪਿੱਛੋਂ ਆਪਣੇ ਨਾਲ ਤੋਰਦਿਆਂ ਹੋਇਆਂ ਕਿਹਾ, ਭਾਈ ਰੰਗਾਨਾਥਨ ਸ਼ਾਦੀ 'ਤੇ ਬੁਲਾਇਆ ਹੀ ਨਹੀਂ, ਐਸਾ ਵੀ ਕਿਹਾ। ਮੈਂ ਉਹਨੂੰ ਰੈਸਟੋਰੈਂਟ ਵਿੱਚ ਆਪਣੇ ਸਾਹਮਣੇ ਵਾਲੀ ਕੁਰਸੀ ਉੱਤੇ ਬਹਾਉਂਦਿਆਂ ਕਿਹਾ, ਬਸ ਸਾਹਿਬ, ਸਭ ਕੁਛ ਜਲਦੀ ਜਲਦੀ ਮੈਂ ਹੋ ਗਿਆ। ਉਹਦੇ ਚਿੱਟੇ ਦੰਦ ਕੁਝ ਕੁਝ ਮੋਟੇ ਬੁੱਲਾਂ ਹੇਠੋਂ ਹੱਸ ਰਹੇ ਸਨ। ਅਤੇ ਰੰਗਾਨਾਥਨ ਨੇ ਦੱਸਿਆ ਕਿ ਉਹਦੇ ਵੱਡੇ ਭਾਈ ਦੀ ਬਦਲੀ ਦਿੱਲੀ ਦੀ ਹੀ ਹੋ ਗਈ ਸੀ ਅਤੇ ਉਹ ਆਰ ਕੇ ਪੁਰਮ ਵਾਲਾ ਕਿਸੇ ਦੇ ਕੁਆਟਰ ਦਾ ਕਮਰਾ ਛੱਡ ਕੇ ਉਸੇ ਨਾਲ ਰਹਿਣ ਲੱਗ ਪਿਆ ਸੀ। ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹਦੇ ਭਾਈ ਦੀ ਇੱਕ ਸਾਲੀ ਲਲਿਤਾ ਪੜ੍ਹਾਈ ਮੁਕਾ ਕੇ ਉਹਨਾਂ ਕੋਲ ਆਈ ਸੀ। ਰੰਗਾਨਾਥਨ ਨੇ ਉਸ ਕੁੜੀ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ। ਸਧਾਰਨ ਕੁੜੀ, ਆਮ ਕੁੜੀਆਂ ਵਰਗੀ। ਕਈ ਵਾਰ ਰੰਗਾਨਾਥਨ ਦੀ ਭਾਬੀ ਨੇ ਜੇ ਕੁਝ ਕਹਿਣਾ ਹੁੰਦਾ ਉਹ ਆਪ ਆਉਣ ਦੀ ਥਾਂ ਲਲਿਤਾ ਨੂੰ ਭੇਜ ਦਿੰਦੀ। ਉਹ ਫਿਲਮੀ ਰਸਾਲੇ ਵਿੱਚ ਡੁੱਬਿਆ ਬਿਨਾਂ ਵੇਖਿਆਂ ਗੱਲ ਦਾ ਜਵਾਬ ਦੇ ਦਿੰਦਾ। ਕਈ ਵਾਰ ਲਲਿਤਾ ਨੇ ਬਾਜ਼ਾਰੋਂ ਕੁਝ ਲੈਣ ਜਾਣਾ ਹੁੰਦਾ ਤਾਂ ਰੰਗਾਨਾਥਨ ਦਾ ਭਾਈ ਉਹਨੂੰ ਮੱਲੋ ਜ਼ੋਰੀ ਨਾਲ ਭੇਜ ਦਿੰਦਾ। ਉਹ ਚੁੱਪ ਚਾਪ ਨਾਲ ਤੁਰਿਆ ਜਾਂਦਾ ਅਤੇ ਚੁੱਪ ਚਾਪ ਨਾਲ ਮੁੜਿਆ ਆਉਂਦਾ। ਇੱਕ ਐਤਵਾਰ ਰੰਗਾਨਾਥਨ ਦੀ ਭਾਬੀ ਨੇ ਦੋ ਟਿਕਟਾਂ ਦੇ ਕੇ ਉਹਨੂੰ ਕਿਹਾ ਕਿ ਉਹ ਲਲਿਤਾ ਨੂੰ ਫਿਲਮ ਵਿਖਾ ਲਿਆਵੇ। ਉਹ ਇੱਥੇ ਆ ਕੇ ਫਿਲਮ ਨੂੰ ਤਰਸੀ ਪਈ ਸੀ ਅਤੇ ਰੰਗਾਨਾਥਨ ਦੇ ਭਾਈ ਅਤੇ ਭਰਜਾਈ ਨੂੰ ਵਿਹਲ ਨਹੀਂ ਸੀ। ਉਹਨੂੰ ਕਿਸੇ ਕੁੜੀ ਨਾਲ ਫਿਲਮ ਦੇਖਣ ਜਾਣਾ ਬੜਾ ਅਜੀਬ ਲੱਗਿਆ। ਪਰ ਫਿਲਮ ਮਿਸ ਸੁਨੀਤਾ ਦੀ ਸੀ, ਉਹ ਤਾਂ ਆਪ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਸੀ ਅਤੇ ਉਹ ਦੋਵੇਂ ਮਿਸ ਸੁਨੀਤਾ ਦੀ ਫਿਲਮ ਦੇਖਣ ਚਲੇ ਗਏ। ਮਿਸ ਸੁਨੀਤਾ ਦੀ ਫਿਲਮ ਸੀ। ਰੰਗਾਨਾਥਨ ਸਕਰੀਨ ਤੋਂ ਧਿਆਨ ਲਾਂਭੇ ਨਹੀਂ ਸੀ ਕਰ ਰਿਹਾ, ਪਰ ਉਹਨੂੰ ਕਈ ਵਾਰ ਲੱਗਾ ਜਿਵੇਂ ਲਲਿਤਾ ਸਕਰੀਨ ਦੀ ਥਾਂ ਉਸ ਵੱਲ ਵੇਖ ਰਹੀ ਹੋਵੇ। ਇੰਟਰਵਲ ਵਿੱਚ ਰੰਗਾਨਾਥਨ ਚੁੱਪ ਚਾਪ ਆਪਣੀ ਸੀਟ ਉੱਤੇ ਬੈਠਾ ਰਿਹਾ। ਲਲਿਤਾ ਨੇ ਉਹਦਾ ਹੱਥ ਫੜ ਕੇ ਕੋਕਾ ਕੋਲਾ ਪੀਣ ਲਈ ਕਿਹਾ। ਰੰਗਾਨਾਥਨ ਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਅਤੇ ਉਹਨੇ ਆਪਣਾ ਹੱਥ ਖਿੱਚ ਲਿਆ। ਉਹ ਕੋਕਾ ਕੋਲਾ ਪੀ ਕੇ ਮੁੜੇ ਤਾਂ ਫਿਲਮ ਸ਼ੁਰੂ ਹੋ ਚੁੱਕੀ ਸੀ। ਪਿਛਲੇ ਅੱਧ ਵਿੱਚ ਫੇਰ ਕਈ ਵਾਰ ਰੰਗਾਨਾਥਨ ਨੂੰ ਲੱਗਾ ਜਿਵੇਂ ਲਲਿਤਾ ਉਸੇ ਵੱਲ ਹੀ ਵੇਖ ਰਹੀ ਹੋਵੇ। ਉਹਦਾ ਅੱਖਾਂ ਮੋੜ ਕੇ ਲਲਿਤਾ ਵੱਲ ਵੇਖਣ ਨੂੰ ਦਿਲ ਕੀਤਾ, ਪਰ ਉਹ ਫਿਲਮ ਵੇਖਦਾ ਰਿਹਾ। ਸਿਨੇਮੇ ਵਿੱਚੋਂ ਨਿਕਲ ਕੇ ਉਹ ਇੱਕ ਪਾਰਕ ਵਿੱਚ ਜਾ ਬੈਠੇ। ਸੂਰਜ ਮੱਠਾ ਪੈ ਚੁੱਕਾ ਸੀ। ਉਹ ਇੱਕ ਸੰਘਣੇ ਬੂਟੇ ਦੀ ਓਟ ਵਿੱਚ ਬੈਠੇ ਸਨ। ਲਲਿਤਾ ਨੇ ਰੰਗਾਨਾਥਨ ਦੇ ਦੋਵੇਂ ਹੱਥ ਘੁੱਟ ਕੇ ਕਿਤੋਂ ਡੂੰਘੀ ਨਿਕਲਦੀ ਆਵਾਜ਼ ਵਿੱਚ ਪੁੱਛਿਆ, ਰੰਗਾਨਾਥਨ, ਮੈਨੂੰ ਆਇਆ ਇੰਨੇ ਦਿਨ ਹੋ ਗਏ, ਤੂੰ ਅੱਖ ਚੁੱਕ ਕੇ ਵੀ ਨਹੀਂ ਵੇਖਿਆ, ਇੰਨੀ ਬੇਰੁਖੀ ਵੀ ਕੀ? ਰੰਗਾਨਾਥਨ ਨੇ ਲਲਿਤਾ ਵੱਲ ਵੇਖਿਆ। ਜਿਹੋ ਜਿਹੀ ਘਰੇ ਤੁਰੀ ਫਿਰਦੀ ਉਹਨੇ ਵੇਖੀ ਸੀ ਉਹ ਉਸ ਤਰ੍ਹਾਂ ਦੀ ਤਾਂ ਨਹੀਂ ਸੀ। ਉਹਦਾ ਰੰਗ ਪੱਕਾ ਸੀ, ਪਰ ਪੱਕਾ ਕਿੱਥੇ ਸੀ, ਬਿਲਕੁਲ ਸੁਨੀਤਾ ਵਰਗਾ ਸੀ। ਉਹਦੀਆਂ ਅੱਖਾਂ ਉਹ ਆਮ ਵਰਗੀਆਂ ਸਮਝਦਾ ਰਿਹਾ ਸੀ, ਪਰ ਉਹ ਤਾਂ ਸੁਨੀਤਾ ਦੀਆਂ ਅੱਖਾਂ ਵਰਗੀਆਂ ਮੋਟੀਆਂ ਮੋਟੀਆਂ ਸਨ। ਉਹਦਾ ਨੱਕ ਉਹਨੂੰ ਜ਼ਰਾ ਕੁ ਫੈਲਮਾ ਲੱਗਦਾ ਸੀ, ਪਰ ਉਹ ਤਾਂ
ਸੁਨੀਤਾ ਦੇ ਨੱਕ ਵਰਗਾ ਤਿੱਖਾ ਸੀ। ਉਹਦੇ ਬੁੱਲ, ਉਹਦੀ ਮੁਸਕਾਨ, ਸਭ ਕੁਝ ਸੁਨੀਤਾ ਵਾਂਗ ਹੀ ਤਾਂ ਸੀ। ਲਲਿਤਾ ਰੰਗਾਨਾਥਨ ਦੇ ਹੱਥ ਘੁੱਟ ਕੇ ਜਵਾਬ ਉਡੀਕਦੀ ਚੁੱਪ ਚਾਪ ਬੈਠੀ ਸੀ ਅਤੇ ਰੰਗਾਨਾਥਨ ਦੀਆਂ ਅੱਖਾਂ ਉਹਦੇ ਚਿਹਰੇ ਉੱਤੇ ਲੱਗੀਆਂ ਹੋਈਆਂ ਸਨ। ਉਹਦੇ ਸਾਹਮਣੇ ਜਿਵੇਂ ਮੋਮ ਦੀ ਢੇਰੀ ਹੋਵੇ ਜਿਸ ਉੱਤੋਂ ਕੁਝ ਪੰਗਰ ਪੰਗਰ ਕੇ ਹੇਠੋਂ ਨਵੇਂ ਨਕਸ਼ ਨਿਕਲ ਰਹੇ ਹੋਣ। ਰੰਗਾਨਾਥਨ ਦੀਆਂ ਅੱਖਾਂ ਚਮਕ ਉੱਠੀਆਂ ਅਤੇ ਉਹਨੇ ਆਪਣੇ ਹੱਥ ਲਲਿਤਾ ਦੇ ਹੱਥਾਂ ਵਿੱਚੋਂ ਖਿੱਚ ਕੇ ਉਹਦੇ ਹੱਥ ਘੁੱਟ ਲਏ। ਔਰ ਫਿਰ ਸਾਹਿਬ ਹਮਾਰਾ ਛਾਦੀ ਹੋ ਗਿਆ, ਰੰਗਾਨਾਥਨ ਨੇ ਗੱਲ ਮੁਕਾਈ। ਮੈਂ ਬੁੱਤ ਬਣਿਆ ਉਹਦੇ ਮੂੰਹ ਉੱਤੇ ਅੱਖਾਂ ਗੱਡੀ ਸੁਣਦਾ ਰਿਹਾ ਸੀ। ਬਹੁਤ ਖੂਬ ਰੰਗਾਨਾਥਨ, ਇੱਕ ਵਾਰ ਫਿਰ ਮੁਬਾਰਕ ਹੋ। ਮੈਂ ਉਹਨੂੰ ਤੁਰਨ ਲਈ ਕਿਹਾ, ਚਲੋ ਚਲੇ, ਵੋ ਲੋਕ ਆ ਗਏ ਹੋਣਗੇ। ਮੇਰੀ ਪਤਨੀ ਬਾਹਰ ਰੇਲਿੰਗ ਕੋਲ ਖੜ੍ਹੀ ਸੀ। ਮੈਂ ਉਹਨੂੰ ਰੰਗਾਨਾਥਨ ਨਾਲ ਮਿਲਾਇਆ। ਰੰਗਾਨਾਥਨ ਨੇ ਦੂਰ ਖੜ੍ਹੀ ਦੂਜੇ ਪਾਸੇ ਵੱਲ ਵੇਖਦੀ ਇੱਕ ਮੁਟਿਆਰ ਵੱਲ ਮੂੰਹ ਕਰਦਿਆਂ ਕਿਹਾ, ਸਾਹਿਬ ਮੈਂ ਆਪਣੀ ਪਤਨੀ ਕੋ ਅਭੀ ਆਪਸੇ ਮਿਲਾਤਾ ਹੂੰ। ਅਤੇ ਫਿਰ ਉਹਨੇ ਆਵਾਜ਼ ਦਿੱਤੀ, ਸੁਨੀਤਾ। ਸੁਨੀਤਾ ਇੱਧਰ ਆ ਰਹੀ ਸੀ। ਮੈਂ ਮੁਸਕਰਾ ਕੇ ਰੰਗਾਨਾਥਨ ਵੱਲ ਦੇਖਿਆ। ਉਹ ਮੇਰੀ ਗੱਲ ਸਮਝ ਕੇ ਬੋਲਿਆ, ਸਾਹਿਬ ਲਲਿਤਾ ਮੁਝੇ ਸੁਨੀਤਾ ਸੇ ਇਤਨਾ ਮਿਲਤਾ ਜੁਲਤਾ ਲੱਗਤਾ ਹੈ, ਮੈਂ ਤੋ ਇਸੇ ਸੁਨੀਤਾ ਹੀ ਕਹਿਤਾ ਹੂੰ। ਅਤੇ ਕੁੜੀ ਸਾਡੇ ਵੱਲ ਆ ਰਹੀ ਸੀ। ਕੁਝ ਕੁਝ ਪੱਕਾ ਰੰਗ, ਸਧਾਰਨ ਨੈਣ ਨਕਸ਼, ਬੁੱਲਾਂ ਉੱਤੇ ਮੁਸਕਰਾਹਟ। ਕੁੜੀ ਜੋ ਲਲਿਤਾ ਸੀ ਪਰ ਜੋ ਸੁਨੀਤਾ ਵੀ ਸੀ। ਸ਼ੁਕਰੀਆ ਦੋਸਤੋ।